ਹਾਂਜੀ ਦੋਸਤੋ, ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਦੋ ਟਰੈਕਟਰ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਵਰਾਜ 855, ਵਧੀਆ ਹਾਲਤ ਦੇ ਵਿੱਚ ਬਕਾਊ ਹੈ, ਮਾਡਲ 2014 515 ਰੇਟ, ਡਿਮਾਂਡ ਜੋ ਰੱਖੀ ਗਈ ਹੈ 5,15,000 ਰੁਪਏ, ਏਰੀਆ ਬਰਨਾਲਾ। ਟਰੈਕਟਰ ਦੀ ਹਾਲਤ ਜੋ ਕਿ ਤੁਹਾਡੇ ਸਾਹਮਣੇ ਉਹ ਤੁਸੀਂ ਦੇਖ ਸਕਦੇ ਹੋ, ਪਾਵਰ ਸਟੀਅਰਿੰਗ, ਟਰੈਕਟਰ ਜੋ ਕਿ ਵਧੀਆ ਹਾਲਤ ਦੇ ਵਿੱਚ ਬਕਾਊ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਟਰੈਕਟਰ ਦਿਖਾਵਾਂਗੇ। ਪਹਿਲਾ ਟਰੈਕਟਰ ਅਸੀਂ ਤੁਹਾਨੂੰ ਸਵਰਾਜ ਦਿਖਾ ਰਹੇ ਹਾਂ, ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। JK ਦੇ ਟਾਇਰ 1428 ਦੇ, ਹਾਲਤ ਜੋ ਕਿ ਤੁਹਾਡੇ ਸਾਹਮਣੇ ਉਹ ਤੁਸੀਂ ਦੇਖ ਸਕਦੇ ਹੋ। ਟਰੈਕਟਰ ਵਧੀਆ ਕੰਡੀਸ਼ਨ ਦੇ ਵਿੱਚ ਜੋ ਕਿ ਬਕਾਊ ਹੈ, ਛਤਰੀ ਲੱਗੀ ਹੋਈ। ਜੋ ਵੀ ਕਿਸਾਨ ਵੀਰ ਟਰੈਕਟਰ ਸਵਰਾਜ 855 ਲੈਣ ਦਾ ਚਾਹਵਾਨ ਹੋਵੇ ਤਾਂ ਵੀਰ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਕੰਟੈਕਟ ਨੰਬਰ ਜੋ ਕਿ ਵੀਡੀਓ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ, ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰਕੇ ਟਰੈਕਟਰ ਦੇ ਸੰਬੰਧਿਤ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਤੁਸੀਂ ਲੈ ਸਕਦੇ ਹੋ। ਅਗਲਾ ਟਰੈਕਟਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਸੋਨਾਲੀਕਾ ਪੰਜਾਬ ਨੰਬਰ ਟਰੈਕਟਰ, ਮਾਡਲ 2014, ਰੇਟ 435, ਡਿਮਾਂਡ ਜੋ ਕਿ 435 ਰੱਖੀ ਗਈ ਇਸ ਟਰੈਕਟਰ ਦੀ। ਪਾਵਰ ਟਰੈਕਟਰ ਵਧੀਆ ਹਾਲਤ ਦੇ ਵਿੱਚ ਵਿਕਾਊ ਹੈ। ਜੋ ਵੀ ਕਿਸਾਨ ਵੀਰ ਟਰੈਕਟਰ ਸੋਨਾਲੀਕਾ ਲੈਣ ਦਾ ਚਾਹਵਾਨ ਹੋਵੇ ਤਾਂ ਵੀਰ ਦੇ ਨਾਲ ਤੁਸੀਂ ਕੰਟੈਕਟ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ। ਸੋਨਾਲੀਕਾ DI 750, ਟਰੈਕਟਰ ਦੀ ਹਾਲਤ ਜੋ ਕਿ ਤੁਹਾਡੇ ਸਾਹਮਣੇ ਉਹ ਤੁਸੀਂ ਦੇਖ ਸਕਦੇ ਹੋ, ਵਧੀਆ ਹਾਲਤ ਦੇ ਵਿੱਚ ਇਹ ਟਰੈਕਟਰ ਬਕਾਊ ਹਨ, ਏਰੀਆ ਬਰਨਾਲਾ। ਇਸ ਤੋਂ ਇਲਾਵਾ ਪੱਖੂ ਕੈਂਚੀਆਂ ਜ਼ਿਲ੍ਹਾ ਬਰਨਾਲਾ ਦੇ ਉੱਤੇ ਜੋ ਕਿ ਬਰਨਾਲਾ ਰੋਡ ਦੇ ਉੱਪਰ ਵੀ ਆ ਕੇ ਤੁਸੀਂ ਇਹਨਾਂ ਟਰੈਕਟਰਾਂ ਦੀ ਟਰਾਈ ਲੈ ਸਕਦੇ ਹੋ। JK ਦੇ ਟਾਇਰ 1428 ਦੇ, ਜੋ ਕਿ ਤੁਸੀਂ ਤਸਵੀਰਾਂ ਟਰੈਕਟਰ ਸੋਨਾਲੀਕਾ ਦੀਆਂ ਦੇਖ ਸਕਦੇ ਹੋ, ਵਧੀਆ ਹਾਲਤ ਦੇ ਵਿੱਚ ਇਹ ਦੋਨੋਂ ਟਰੈਕਟਰ ਵਿਕਾਊ ਹਨ। ਜੋ ਡਿਮਾਂਡ ਰੱਖੀ ਗਈ ਹੈ ਉਹ ਫਿਕਸ ਨਹੀਂ ਹੈ, ਬਾਕੀ ਵੀਰ ਦੇ ਨਾਲ ਤੁਸੀਂ ਕੰਟੈਕਟ ਕਰਕੇ ਸਾਰੀ ਜਾਣਕਾਰੀ, ਦੋਨਾਂ ਟਰੈਕਟਰਾਂ ਦੇ ਸੰਬੰਧਿਤ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ। ਏਰੀਆ ਬਰਨਾਲਾ। ਇਸ ਤੋਂ ਇਲਾਵਾ ਪੱਖੋ ਕੈਂਚੀਆਂ ਜ਼ਿਲ੍ਹਾ ਬਰਨਾਲਾ, ਬਰਨਾਲਾ ਰੋਡ ਦੇ ਉੱਪਰ ਆ ਕੇ ਵੀ ਇਹਨਾਂ ਟਰੈਕਟਰਾਂ ਦੀ ਟਰਾਈ ਲੈ ਸਕਦੇ ਹੋ, ਅਤੇ ਬਰਨਾਲਾ ਮੰਡੀ ਜੋ ਕਿ ਹਰੇਕ ਸੋਮਵਾਰ ਨੂੰ ਲੱਗਦੀ ਹੈ, ਉੱਥੇ ਆ ਕੇ ਵੀ ਟਰੈਕਟਰਾਂ ਦੀ ਟਰਾਈ ਲੈ ਸਕਦੇ ਹੋ। ਜੋ ਵੀ ਵੀਰ ਕਿਸਾਨ ਇਹ ਟਰੈਕਟਰ ਲੈਣ ਦੇ ਚਾਹਵਾਨ ਹਨ, ਕੰਟੈਕਟ ਨੰਬਰ ਵੀਡੀਓ ਥੱਲੇ ਦਿੱਤਾ ਹੋਇਆ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ। ਧੰਨਵਾਦ ਜੀ।